ਤੁਸੀਂ ਜਾਣਦੇ ਹੋ ਫਲਾਈਟ 513 ਦੀ ਕਹਾਣੀ। ਆਖਿਰਕਾਰ 35 ਸਾਲ ਕਿੱਥੇ ਰਿਹਾ ਫਲਾਈਟ 513 ਦਾ ਜਹਾਜ਼? ਕੀ 35 ਸਾਲ ਬਿਨਾਂ ਤੇਲ ਤੋਂ ਹੀ ਉਡਾਨ ਭਰਦਾ ਰਿਹਾ ਇਹ ਜਹਾਜ਼? ਕੀ 35 ਸਾਲ ਤੱਕ ਇੱਕ ਵੀ ਝਰੀਟ ਨਹੀਂ ਆਈ ਇਸ ਜਹਾਜ਼ ਨੂੰ ਤੇ ਕਿੰਨੀਆਂ ਉਚਾਈਆਂ ਤੇ ਉੱਡਦਾ ਰਿਹਾ ਇਹ ਜਹਾਜ਼? क्यों नहीं 35 साल तक किसी भी देश दी एयर ट्रैफिक कंट्रोल दी रिडार्ड ने इस जहाज नू देखिया? कोई नहीं जान सकिया कि 35 साल तक यह जहाज किथे रहा। हजे तक भी इस दे उलझी हुई गुत्थी नू कोई भी सुलझा नहीं पाया। पर अज असी थोनू दसांगे साडी इस खास रिपोर्ट दे विच कि 35 साल तक यह जहाज किथे रहा। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਅਸਲ ਪੰਜਾਬੀ ਨਾਲ। ਜੇਕਰ ਅੱਜ ਗੱਲ ਕੀਤੀ ਜਾਵੇ ਉਸ ਜਹਾਜ਼ ਦੀ ਜੋ ਕਿ 35 ਸਾਲਾਂ ਤੱਕ ਗਾਇਬ ਰਿਹਾ, ਜਰਮਨੀ ਤੋਂ ਬ੍ਰਾਜ਼ੀਲ ਦੇ ਲਈ ਤੁਰਿਆ ਪਰ ਪਹੁੰਚਿਆ ਨਹੀਂ, ਕਿੱਥੇ ਗਿਆ ਉਹ ਕਿ 35 ਸਾਲ ਉਸਨੂੰ ਕਿਸੇ ਨੇ ਵੀ ਨਹੀਂ ਦੇਖਿਆ ਤੇ ਸਾਰੇ ਜਣੇ ਇਹੀ ਸੋਚਦੇ ਰਹੇ ਕਿ ਸ਼ਾਇਦ ਕੋਈ ਘਟਨਾ ਵਾਪਰ ਗਈ ਉਸ ਜਹਾਜ਼ ਦੇ ਨਾਲ ਜਾਂ ਫਿਰ ਕੁਛ ਹਾਦਸਾ ਵਾਪਰ ਗਿਆ ਜਿਸ ਕਾਰਨ ਕਿ ਜਹਾਜ਼ ਹੈ ਜਿਹੜਾ ਘਟਨਾਗ੍ਰਸਤ ਹੋ ਗਿਆ, ਪਰ ਉਹ ਜਿੱਥੇ ਉਹਨੇ ਪਹੁੰਚਣਾ ਸੀ ਆਪਣੇ ਟਿਕਾਣੇ ਤੇ ਨਹੀਂ ਪਹੁੰਚਿਆ। ਪਰ ਆਖਿਰਕਾਰ 35 ਸਾਲਾਂ ਬਾਅਦ ਇਹ ਜਹਾਜ਼ ਕਿੱਥੋਂ ਆਇਆ? ਇਹ ਸਵਾਲ ਤਾਂ ਹਰ ਇੱਕ ਦੇ ਮਨ ਦੇ ਵਿੱਚ ਹੈ ਕਿ ਆਖਿਰਕਾਰ 35 ਸਾਲਾਂ ਤੱਕ ਜਹਾਜ਼ ਕਿੱਥੇ ਰਿਹਾ? ਕਿ ਹਵਾ ਦੇ ਵਿੱਚ ਹੀ ਉੱਡਦਾ ਰਿਹਾ ਜਹਾਜ਼? ਜੇਕਰ ਉੱਡਦਾ ਰਿਹਾ ਤਾਂ ਇਸਦਾ ਤੇਲ ਕਿਉਂ ਨਹੀਂ ਖਤਮ ਹੋਇਆ? ਬਿਨਾਂ ਤੇਲ ਤੋਂ ਕਿਵੇਂ ਉੱਡਦਾ ਰਿਹਾ? ਤੇ ਜੇਕਰ ਇਹ ਜਹਾਜ਼ 35 ਸਾਲਾਂ ਤੱਕ ਉੱਡਦਾ ਰਿਹਾ ਤੇ ਜਹਾਜ਼ ਨੂੰ ਕੌਣ ਉਡਾਉਂਦਾ ਰਿਹਾ? ਫਲਾਈਟ 513 ਦੇ ਇਸ ਜਹਾਜ਼ ਦੇ ਵਿੱਚ 92 ਯਾਤਰੀ ਸੀ। 92 ਯਾਤਰੀਆਂ ਦੇ ਨਾਲ ਫਲਾਈਟ 513 ਆਪਣੇ ਸਹੀ ਟਿਕਾਣੇ ਤੇ ਨਹੀਂ ਪਹੁੰਚਦਾ, ਬਲਕਿ ਹਵਾ ਦੇ ਵਿੱਚ ਹੀ ਕਿਤੇ ਗਾਇਬ ਹੋ ਜਾਂਦਾ ਹੈ। ਜਦੋਂ ਕਿ ਜਰਮਨੀ ਤੋਂ ਬ੍ਰਾਜ਼ੀਲ ਪਹੁੰਚਣ ਦੇ ਲਈ ਸਿਰਫ 18 ਘੰਟੇ ਦਾ ਸਮਾਂ ਲੱਗਦਾ ਹੈ, ਪਰ ਇਸ ਜਹਾਜ਼ ਦਾ ਏਅਰ ਟ੍ਰੈਫਿਕ ਦੇ ਨਾਲ ਵੀ ਸੰਪਰਕ ਟੁੱਟ ਜਾਂਦਾ ਹੈ ਤੇ ਜਿਸ ਤੋਂ ਬਾਅਦ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਕਿ ਜਹਾਜ਼ ਕਿੱਥੇ ਗਿਆ ਤੇ ਜਹਾਜ਼ ਗਾਇਬ ਹੋ ਜਾਂਦਾ ਹੈ। ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਇਹ ਇੱਕ ਮਨਘੜਤ ਕਹਾਣੀ ਹੈ ਜਾਂ ਫਿਰ ਝੂਠੀ ਕਹਾਣੀ ਹੈ, ਫੇਕ ਨਿਊਜ਼ ਹੈ ਜਾਂ ਫਿਰ ਸਾਨੂੰ ਝੂਠ ਸੁਣਾਇਆ ਜਾ ਰਿਹਾ ਹੈ। ਪਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਝੂਠੀ ਲੱਗਦੀ ਹੈ ਤਾਂ ਤੁਸੀਂ ਇਸ ਦਾ ਗੂਗਲ ਤੇ ਜਾ ਕੇ ਵੀ ਫਲਾਈਟ 513 ਸਰਚ ਕਰ ਸਕਦੇ ਹੋ। ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਇੱਕ ਅਸਲ ਸੱਚਾਈ ਹੈ, ਕੋਈ ਮਨਘੜਤ ਕਹਾਣੀ ਨਹੀਂ। ਫਲਾਈਟ 513 92 ਯਾਤਰੀਆਂ ਦੇ ਨਾਲ ਉਡਾਰੀ ਭਰਦਾ ਹੈ, ਜਿਸ ਤੋਂ ਬਾਅਦ ਉਸਦਾ ਏਅਰ ਟ੍ਰੈਫਿਕ ਕੰਟਰੋਲ ਨਾਲ ਵੀ ਲਿੰਕ ਟੁੱਟ ਜਾਂਦਾ ਹੈ। ਉਸ ਤੋਂ ਬਾਅਦ ਘੰਟਾ ਬੀਤ ਜਾਂਦਾ ਹੈ, ਇੱਕ ਦਿਨ ਲੰਘ ਜਾਂਦਾ ਹੈ, ਇੱਕ ਮਹੀਨਾ ਲੰਘ ਜਾਂਦਾ ਹੈ, ਇੱਥੇ ਤੋਂ ਬਾਅਦ ਕਿ ਇੱਕ ਸਾਲ ਵੀ ਲੰਘ ਜਾਂਦਾ ਹੈ, ਤਾਂ ਇਸ ਤੋਂ ਬਾਅਦ ਕਈ ਸਾਲ ਵੀ ਲੰਘ ਜਾਂਦੇ ਨੇ। ਪਰ ਉਸ ਜਹਾਜ਼ ਦਾ ਕੋਈ ਪਤਾ ਨਹੀਂ ਲੱਗਦਾ ਕਿੱਥੇ ਚਲਿਆ ਗਿਆ ਜਹਾਜ਼, ਪਰ ਉਸਦਾ ਕੋਈ ਵੀ ਪਤਾ ਨਹੀਂ ਲੱਗਦਾ। ਸਭ ਤੋਂ ਵੱਡੀ ਅਚੰਭੇ ਵਾਲੀ ਗੱਲ ਦੱਸ ਦਿੰਦੇ ਹਾਂ, ਫਲਾਈਟ 513 35 ਸਾਲਾਂ ਬਾਅਦ ਜਦੋਂ ਲੈਂਡ ਕਰਦਾ ਹੈ ਤਾਂ ਏਅਰਪੋਰਟ ਦੇ ਸਾਰੇ ਵਰਕਰਾਂ ਦੇ ਵਿਚਕਾਰ ਭੱਜਦੌੜ ਮੱਚ ਜਾਂਦੀ ਹੈ ਤਾਂ ਸਾਰੇ ਤੁਰੰਤ ਹੀ ਬਾਹਰ ਆਉਂਦੇ ਨੇ ਤੇ ਕਾਫੀ ਲੰਬਾ ਸਮਾਂ ਲੰਘ ਜਾਂਦਾ ਹੈ ਜਹਾਜ਼ ਉੱਥੇ ਲੈਂਡ ਕੀਤੇ ਨੂੰ, ਪਰ ਜਹਾਜ਼ ਦੇ ਵਿੱਚੋਂ ਕੋਈ ਵੀ ਬਾਹਰ ਨਹੀਂ ਨਿਕਲਦਾ ਤੇ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਸੇ ਨਾਲ ਕੋਈ ਸੰਪਰਕ ਨਹੀਂ ਹੁੰਦਾ। ਜਦੋਂ ਕਾਫੀ ਲੰਬੇ ਸਮੇਂ ਤੋਂ ਬਾਅਦ ਜਹਾਜ਼ ਦਾ ਦਰਵਾਜ਼ਾ ਖੋਲ੍ਹਿਆ ਜਾਂਦਾ ਤੇ ਉੱਥੇ ਜਾ ਕੇ ਦੇਖਿਆ ਜਾਂਦਾ ਤੇ ਇੱਕ ਅਜੀਬ ਹੀ ਜਿਹੜਾ ਕਿ ਦ੍ਰਿਸ਼ ਹੈ ਉਹ ਸਾਹਮਣੇ ਆ ਜਾਂਦਾ ਹੈ, ਜਿਸ ਦੇ ਨਾਲ ਹਰ ਇੱਕ ਦੀ ਰੂਹ ਕੰਬ ਜਾਂਦੀ ਹੈ ਕਿਉਂਕਿ ਇੰਨਾ ਜ਼ਿਆਦਾ ਖਤਰਨਾਕ ਨਜ਼ਾਰਾ ਸੀ। ਆਓ ਤੁਹਾਨੂੰ ਦੱਸਦੇ ਹਾਂ ਕਿ ਜਹਾਜ਼ ਦੇ ਵਿੱਚ ਅਜਿਹਾ ਕੀ ਸੀ। ਦੱਸ ਦਿੰਦੇ ਹਾਂ ਕਿ ਜਹਾਜ਼ ਦੇ ਵਿੱਚ ਜਦੋਂ ਐਂਟਰੀ ਕੀਤੀ ਜਾਂਦੀ ਹੈ ਤਾਂ ਦੇਖਿਆ ਜਾਂਦਾ ਕਿ ਜਹਾਜ਼ ਦੇ ਵਿੱਚ ਜਿੰਨੇ ਵੀ ਯਾਤਰੀ ਸੀ 88 ਦੇ 88 ਯਾਤਰੀ ਉੱਥੇ ਕੰਕਾਲ ਬਣ ਚੁੱਕੇ ਹੁੰਦੇ ਨੇ। ਸਾਰੇ ਦੇ ਸਾਰੇ ਉਵੇਂ ਹੀ ਸੀਟ ਬੈਲਟ ਲਾ ਕੇ ਆਪਣੀਆਂ ਆਪਣੀਆਂ ਸੀਟਾਂ ਦੇ ਉੱਤੇ ਬੈਠੇ ਹੁੰਦੇ ਨੇ ਤੇ ਕੰਗਾਲ ਬਣ ਚੁੱਕੇ ਹੁੰਦੇ ਨੇ ਤੇ ਜਦੋਂ ਦੇਖਿਆ ਜਾਂਦਾ ਕਿ ਉਹਨਾਂ ਕੰਗਾਲਾਂ ਦੇ ਦੁਆਰਾ ਹੀ ਜਹਾਜ਼ ਨੂੰ ਲੈਂਡ ਵੀ ਕਰਵਾਇਆ ਜਾਂਦਾ ਤਾਂ ਸਾਰੇ ਲੋਕ ਹੈਰਾਨ ਹੋ ਜਾਂਦੇ ਨੇ ਕਿ ਆਖਿਰਕਾਰ ਐਵੇਂ ਕਿਵੇਂ ਹੋ ਸਕਦਾ ਹੈ ਕਿ ਇਹਨਾਂ ਕੰਗਾਲਾਂ ਦੇ ਦੁਆਰਾ ਜਹਾਜ਼ ਨੂੰ ਲੈਂਡ ਕੀਤਾ ਜਾ ਸਕੇ। ਜਿਸ ਕਾਰਨ ਲੋਕਾਂ ਨੇ ਆਪਣੀਆਂ ਆਪਣੀਆਂ ਵੱਖਰੀਆਂ ਧਾਰਨਾਵਾਂ ਬਣਾ ਲਈਆਂ ਤੇ ਜਿਸ ਕਾਰਨ ਕਈ ਲੋਕਾਂ ਦਾ ਕਹਿਣਾ ਹੈ ਕਿ ਜਹਾਜ਼ ਨੂੰ ਆਸਮਾਨ ਨਿਗਲ ਗਿਆ ਸੀ, ਜਦੋਂ ਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਗੈਸ ਵੜ ਗਈ ਸੀ, ਜ਼ਹਿਰੀਲੀ ਗੈਸ ਵੜ ਗਈ ਸੀ ਜਹਾਜ਼ ਦੇ ਅੰਦਰ, ਜਿਸ ਕਰਕੇ ਸਾਰੇ ਯਾਤਰੀਆਂ ਦੀ ਮੌਤ ਹੋ ਗਈ।
ते इस तो इलावा कुछ लोगों का यह भी कहना है कि जहाज नूं किसे एलियन दे द्वारा घेर लिया गया सी, जिस करके जहाज 35 सालां दे लई गायब रहा। 35 साल वापिस धरती दे उत्ते जहाज नहीं आ सकिया। लोकां ने अपनियां अपनियां धारनावां बना लियां ने इस नूं लैके, पर इसकी असल सच्चाई दस दिंदे आ कि इस तो बाद रिसर्च करवाई गई कि आखिरकार जहाज गया किथे सी, इन्हें यात्रियों नूं लैके 35 साल तक जहाज किथे चला गया। तां डॉक्टर डील फेनोला दी रिपोर्ट तो पता लगता है, जो कि एक महान रिसर्चर भी ने, उन्हां तो पता लगता है कि फ्लाइट 513 टाइम बबल दे विच दाखिल हो गया सी, जिस करके 35 सालां तक इस जहाज का कोई पता नहीं लग्या ते 35 साल जहाज उत्थे ही रहा। पर हजे भी लोकां दे मनां दे विच बहुत सारे सवाल उठ रहे ने। हजे भी लोग सिर्फ इको गल सोच रहे ने कि 35 सालां तक इस जहाज का तेल खत्म नहीं होया, कि 35 साल तक जहाज अपनी ऊंचाइयां दे विच उड़दा रहा। इस तो इलावा लोकां दे मनां दे विच ये भी सवाल उठ रहे ने कि कंगाला ने जहाज नूं लैंड किवें करवाया, कि जहाज दे उत्ते इन्ने समय दे विच एक भी झरीट किवें नहीं आई। पर हजे भी लोकां दे मनां दे विच ये सवाल उठने बंद नहीं होए। इको गुत्थी जो कि हजे तक भी नहीं सुलझी कि आखिरकार जहाज 35 सालां तक उड़दा किवें रहा, जेकर उड़दा रहा ता किसी भी एयर कंट्रोल दे द्वारा इसनू देखिया क्यों नहीं गया, आखिरकार कंगाला दे द्वारा यह जहाज किवें चलाया गया। हले भी लोगों के मन के बहुत सारे सवाल उठते हैं, तो तुसी भी अपने सुझाव साढ़े नाल कॉमेंट बॉक्स के सांझे जरूर करियो। थोनू की लगता है कि 35 सालों तक यह जहाज कितने चला गया, कि ये जड़े कंगाल ने उही इस जहाज नूं चलाउंदे रहे, जां फिर जेकर यह जहाज किसे द्वारा घेरिया गया तो फिर वापिस किवें आ गया, अपने आप जहाज लैंड किवें हो गया। तुसी भी अपने सुझाव सानू कॉमेंट बॉक्स के जरूर दियो।